ਸੰਗਤ ਜੀ, ਨੈੱਟ ਚਲਾਉਣ ਦਾ ਕੋਈ ਫਾਇਦਾ ਨਹੀਂ ਹੈ ਜੇ ਤੁਸੀਂ ਵੀਡੀਓ ਸ਼ੇਅਰ ਨਾ ਕੀਤਾ, ਭੁੱਲ ਗਏ ਸ਼ੇਅਰ ਕਰਨਾ। ਇਸ ਸਾਲ 18 ਸਕੂਲ ਕਵਰ ਕਰ ਰਹੇ ਹਾਂ, ਜਿਸ ਦੇ ਵਿੱਚ 480 ਦੇ ਕਰੀਬ ਬੱਚੇ ਕਵਰ ਹੋਣਗੇ। ਇਹਨਾਂ ਦੀ ਐਨੂਅਲ ਫੀਸ ਭਰੀ ਜਾਏਗੀ। ਨਰੇਗਾ ਔਰ ਆਂਗਨਵਾੜੀ ਦੇ ਵਰਕਰਸ ਨੇ, ਉਹ ਵੀ ਬੁਲਾਏ ਗਏ ਹੈ ਤਾਂ ਕਿ ਜੋ ਆਪਾਂ ਤੁਹਾਡੇ ਨਾਲ ਬਹੁਤ ਹੀ ਵੇਅਰੇਬਲ ਅੱਛੀ ਕੰਡੀਸ਼ਨ ਦੇ ਵਿੱਚ ਸੂਟਸ ਵਗੈਰਾ ਇਕੱਠੇ ਕਰਦੇ ਹਾਂ, ਉਹ ਵੀ ਇੱਥੇ ਵੰਡੇ ਜਾ ਸਕਣ। ਤੁਹਾਡੇ ਤੋਂ ਹਮੇਸ਼ਾ ਬੇਨਤੀਆਂ ਰਹਿੰਦੀਆਂ, ਜ਼ਰੂਰ ਸਕੂਲ ਸੇਵਾ ਦੇ ਵਿੱਚ ਜਦੋਂ ਇੱਕ ਬੱਚੇ ਦੀ ਐਨੂਅਲ ਫੀਸ ਸਿਰਫ 660 ਰੁਪੀਜ਼, ਯਾਨੀ 660 ਰੁਪਏ ਪੈਂਦੀ ਹੈ, ਵਿਚ ਇਜ਼ ਗੋਇੰਗ ਟੂ ਸਾਡੇ ਲਈ ਕੁਛ ਵੀ ਜ਼ਿਆਦਾ ਮੈਟਰ ਨਹੀਂ ਕਰਦੀ, ਬਟ ਇਹ ਬਹੁਤ ਜ਼ਿਆਦਾ ਕਿਸੇ ਬੱਚੇ ਨੂੰ ਪੜ੍ਹਨ ਦੇ ਵਿੱਚ ਮਦਦਗਾਰ ਹੋ ਸਕਦੀ ਹੈ ਨਾ। ਸੰਗਤ ਜੀ, ਨੈੱਟ ਚਲਾਉਣ ਦਾ ਕੋਈ ਫਾਇਦਾ ਨਹੀਂ ਹੈ ਜੇ ਤੁਸੀਂ ਵੀਡੀਓ ਸ਼ੇਅਰ ਨਾ ਕੀਤਾ, ਭੁੱਲ ਗਏ ਸ਼ੇਅਰ ਕਰਨਾ। ਜ਼ਿਲ੍ਹਾ ਫਤਿਹਗੜ੍ਹ ਦਾ ਬੜਾਲੀ ਮਾਈਕੀ ਹਾਈ ਸਮਾਰਟ ਸਕੂਲ ਖੜ੍ਹੇ ਹਾਂ। ਇੱਥੇ ਕਿਉਂ ਖੜ੍ਹੇ ਹਾਂ? ਕਿਉਂਕਿ ਸਕੂਲਾਂ ਦੀ ਸੇਵਾ ਚੱਲ ਰਹੀ ਹੈ ਲਗਾਤਾਰ, ਹੈ ਨਾ। ਜੋ ਸਕੂਲ ਸਾਹਿਬਾਂ, ਜੋ ਟੀਚਰ ਸਾਹਿਬਾਨ ਹੁੰਦੇ, ਸਾਡੇ ਕੋਲ ਲਿਸਟਾਂ ਭੇਜਦੇ ਨੇ ਉੱਥੇ, ਔਰ ਜੋ ਵੀ ਨੀਡੀ ਸਟੂਡੈਂਟਸ ਹੁੰਦੇ ਹੈ, ਜੋ ਲੈਸ ਪ੍ਰਿਵਲੇਜ ਕਲਾਸ ਤੋਂ ਹੁੰਦੇ, ਉਹਨਾਂ ਦੀ ਪੂਰੇ ਸਾਲ ਦੀ ਫੀਸਾਂ, ਸਕੂਲ ਬੈਗ ਔਰ ਸਾਰਾ ਕੁਝ ਭਰਿਆ ਜਾਂਦਾ, ਉਹਨਾਂ ਦੀ ਕਾਪੀਆਂ ਦਿੱਤੀ ਜਾਂਦੀਆਂ ਨੇ, ਉਹਨਾਂ ਦੇ ਪੂਰੇ ਸਾਲ ਦੀ ਫੀਸ ਭਰੀ ਜਾਂਦੀ ਹੈ ਸੰਗਤ ਵੱਲੋਂ। ਅਤੇ ਤੁਹਾਨੂੰ ਬੇਨਤੀਆਂ ਰਹਿੰਦੀਆਂ ਕਿ ਪਲੀਜ਼ ਜ਼ਰੂਰ ਸਾਥ ਦਿਆ ਕਰੋ, ਇਸ ਤੁਹਾਡੇ ਸਾਥ ਦੇ ਨਾਲ ਇਹ ਹੋ ਪਾਉਂਦਾ ਇਕੱਠਾ ਹੋ ਕੇ। ਅਤੇ ਤੁਸੀਂ ਕਿਆ ਕਰ ਸਕਦੇ ਹੋ, ਸਾਡੀ ਔਨਲਾਈਨ ਟੀਮ ਬਣ ਕੇ ਇਹਨਾਂ ਨੂੰ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰ ਸਕਦੇ ਹੋ। ਸ਼ੇਅਰ ਕਰਕੇ ਟੀਚਰ ਸਾਹਿਬਾਨਾਂ ਕੋਲ, ਸਟੂਡੈਂਟਸ ਕੋਲ, ਜੋ ਵੀ ਸਾਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਮੋਹਾਲੀ ਔਰ ਪਟਿਆਲਾ, ਨਾ ਇੱਥੇ ਕੋਈ ਵੀ ਸਕੂਲ ਜਿੱਥੇ ਫੀਸਾਂ ਭਰਨੀਆਂ ਨੇ, ਕਿਸੇ ਹੋਰ ਚੀਜ਼ ਦੀ ਲੋੜ ਹੈ, ਸਾਨੂੰ ਟੀਚਰ ਸਾਹਿਬਾਨ ਕੰਟੈਕਟ ਕਰ ਸਕਦੇ ਨੇ। ਸਾਡੇ ਨੰਬਰ ਥੱਲੇ ਚੱਲ ਰਹੇ ਨੇ ਲਗਾਤਾਰ, ਹੈ ਨਾ, ਸਟੇਸ਼ਨਰੀ ਤੋਂ ਲੈ ਕੇ ਹੋਰ ਬਾਕੀ ਸੇਵਾਵਾਂ ਲਗਾਤਾਰ ਚੱਲਦੀਆਂ ਨੇ। ਸੋ ਇਹ ਬੇਨਤੀਆਂ ਰਹਿੰਦੀਆਂ, ਤੁਸੀਂ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰੋ, ਔਨਲਾਈਨ ਸੇਵਾ ਟੀਮ ਨੂੰ ਸਾਡੀ ਜ਼ਰੂਰ ਬਣੋ, ਬਹੁਤ ਜ਼ਰੂਰੀ ਸੇਵਾਵਾਂ ਨੇ ਇਹ। ਸਤਿ ਸ਼੍ਰੀ ਅਕਾਲ ਮੈਮ। ਸਰਕਾਰੀ ਸਮਾਰਟ ਮਿਡਲ ਸਕੂਲ ਪਿੰਡ ਰੈਲੀ ਪਹੁੰਚੇ ਹਾਂ ਹੁਣ। ਇੱਥੇ ਮਿਡਲ ਸਕੂਲ ਹੈ ਅਤੇ ਐਲੀਮੈਂਟਰੀ ਸਕੂਲ ਹੈ, ਦੋ ਸਕੂਲ ਕਵਰ ਇੱਥੇ ਕਰ ਰਹੇ ਹਾਂ। ਸੋ ਰੋਜ਼ 4 ਸਕੂਲ ਕਵਰ ਹੋਣਗੇ। ਸੰਗਤ ਨੂੰ ਬੇਨਤੀ ਹੈ, ਤੁਸੀਂ ਨਾਲ ਜੁੜ ਸਕਦੇ ਹੋ। ਐਜੂਕੇਸ਼ਨ ਸੇਵਾ ਆਪਣੇ ਆਪ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਤੁਹਾਨੂੰ ਬੇਨਤੀਆਂ ਰਹਿੰਦੀਆਂ, ਜ਼ਰੂਰ ਨਾਲ ਜੁੜੋ। ਛੋਟੇ ਛੋਟੇ ਬੱਚਿਆਂ ਨਾਲ ਤਾਂ ਖਾਸ ਕਰ ਬੜਾ ਆਨੰਦ ਆਉਂਦਾ, ਬੜੇ ਪਿਆਰੇ, ਹੈ ਨਾ, ਮਾਸੂਮ। ਬਹੁਤ ਚੰਗੀ ਗੱਲ ਆ। ਦੇਖੋ, ਛੋਟੀ ਜਿਹੀ ਕੁੜੀ ਦਾ ਨਾਮ ਹੈ ਮਨਰਾਜ ਕੌਰ, ਬੜੀ ਪਿਆਰੀ ਜੀ ਹੈ, ਕਿੰਨੀ ਪਿਆਰੀ ਜੀ ਹੈ। ਸੋ ਬੜਾ ਆਨੰਦ ਆਉਂਦਾ। ਸਰ ਦਾ ਵੀ ਬਹੁਤ ਧੰਨਵਾਦ ਹੈ, ਨਾਲ ਨਾਲ ਜੁੜੇ ਨੇ ਔਰ ਟਾਈਮ ਕੱਢ ਕੇ ਪਾਰਟੀਸਪੇਟ ਕਰ ਰਹੇ ਹੈ, ਸਭ ਤੋਂ ਵੱਡੀ ਗੱਲ ਹੈ ਨਾ, ਟਾਈਮ ਕੱਢ ਕੇ ਪਾਰਟੀਸਪੇਟ ਕਰ ਰਹੇ ਹੈ। ਸੋ ਬਹੁਤ ਬਹੁਤ ਥੈਂਕ ਯੂ ਸਰ ਦਾ ਜੀ। ਛੋਟੇ ਬੱਚਿਆਂ ਨੂੰ ਆਨੰਦ ਬੜਾ ਆਉਂਦਾ, ਹੈ ਨਾ, ਉਹ ਮਾਸੂਮੀਅਤ, ਹੈ ਨਾ, ਬੜਾ ਬੜਾ ਪਿਆਰਾ ਬਹੁਤਾ ਬੜਾ ਆਉਂਦਾ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ, ਜੋ ਇਕੱਠੇ ਹੋ ਕੇ ਐਜ਼ ਅ ਟੀਮ ਅਲੱਗ ਅਲੱਗ ਸੇਵਾਵਾਂ ਦੇ ਵਿੱਚ ਪਾਰਟੀਸਪੇਟ ਕਰਦੇ ਹੈ। ਸੋ ਬਹੁਤ ਬਹੁਤ ਥੈਂਕ ਯੂ ਹੈ। ਵਾਹਿਗੁਰੂ ਜੀ, ਅੱਜ ਸਕੂਲ ਸੇਵਾਵਾਂ ਸ਼ੁਰੂ ਹੋ ਰਹੀਆਂ ਨੇ। ਸਰਕਾਰੀ ਹਾਈ ਸਕੂਲ ਰਜਿੰਦਰਗੜ੍ਹ ਖੜ੍ਹੇ ਹਾਂ, ਜਿੱਥੇ ਪਿਛਲੇ ਲਗਭਗ 10 ਸਾਲ ਤੋਂ ਲਗਾਤਾਰ ਫੀਸ ਭਰੀ ਜਾ ਰਹੀ ਹੈ। ਇਸ ਸਾਲ 18 ਸਕੂਲ ਕਵਰ ਕਰ ਰਹੇ ਹਾਂ, ਜਿਸ ਦੇ ਵਿੱਚ 480 ਦੇ ਕਰੀਬ ਬੱਚੇ ਕਵਰ ਹੋਣਗੇ। ਇਹਨਾਂ ਦੀ ਐਨੂਅਲ ਫੀਸ ਭਰੀ ਜਾਏਗੀ, ਵਿਚ ਇਜ਼ ਗੋਇੰਗ ਟੂ ਕੋਸਟ ਅਰਾਊਂਡ 2,80,000 ਦੇ ਆਸ ਪਾਸ, ਹੈ ਨਾ। ਸੋ ਅੱਜ ਇਹ ਸੇਵਾਵਾਂ ਸ਼ੁਰੂ ਕਰ ਰਹੇ ਨੇ। ਹਰੇਕ ਬੱਚੇ ਨੂੰ 5 ਸਕੂਲ ਦੀਆਂ ਕਾਪੀਆਂ, ਸਕੂਲ ਬੈਗ ਹੋ ਗਿਆ, ਐਨੂਅਲ ਫੀਸ ਇੱਥੇ ਭਰ ਕੇ ਹਟੇ ਹਾਂ 40 ਬੱਚਿਆਂ ਦੀ, 26,400 ਰੁਪਏ। ਔਰ ਇਹ ਸੇਵਾਵਾਂ ਹੁਣ ਲਗਾਤਾਰ ਚੱਲਦੀਆਂ ਰਹਿਣਗੀਆਂ ਅੱਗੇ। ਔਰ ਨਾਲ ਸ਼ੂਜ਼ ਹੋ ਗਏ, ਸੌਕਸ ਹੋ ਗਈ, ਹੈ ਨਾ। ਸੋ ਇਹ ਸਾਰੀ ਸੇਵਾਵਾਂ ਚੱਲ ਰਹੀਆਂ ਨੇ। ਸੋ ਸੰਗਤ ਦਾ ਹਮੇਸ਼ਾ ਬੇਨਤੀ ਰਹਿੰਦੀ ਹੈ ਕਿ ਨਾਲ ਨਾਲ ਸੇਵਾ ਸਹਿਯੋਗ ਜ਼ਰੂਰ ਕਰਦੇ ਰਹੋ। ਬੇਨਤੀ ਰਹਿੰਦੀ ਹੈ, ਨਾਲ ਨਾਲ ਜੋ ਨਰੇਗਾ ਔਰ ਆਂਗਨਵਾੜੀ ਦੇ ਵਰਕਰਸ ਨੇ, ਉਹ ਵੀ ਬੁਲਾਏ ਗਏ ਹੈ ਤਾਂ ਕਿ ਜੋ ਆਪਾਂ ਤੁਹਾਡੇ ਨਾਲ ਬਹੁਤ ਹੀ ਵੇਅਰੇਬਲ ਅੱਛੀ ਕੰਡੀਸ਼ਨ ਦੇ ਵਿੱਚ ਸੂਟਸ ਵਗੈਰਾ ਇਕੱਠੇ ਕਰਦੇ ਹਾਂ, ਉਹ ਵੀ ਇੱਥੇ ਵੰਡੇ ਜਾ ਸਕਣ। ਨਰੇਗਾ ਔਰ ਆਂਗਨਵਾੜੀ ਵਰਕਰਸ ਨੂੰ ਤੁਸੀਂ ਦੇਖ ਸਕਦੇ ਹੋ, ਪਿੱਛੇ ਬੈਠੀਆਂ ਨੇ।
ਸੋ ਇਹ ਸਾਰੀ ਸੇਵਾਵਾਂ ਰਹਿੰਦੀਆਂ ਨੇ। ਬਹੁਤ ਸਾਰੇ ਬੱਚੇ ਬੇਸਿਕ ਐਜੂਕੇਸ਼ਨ ਵੀ ਕੰਪਲੀਟ ਕਰ ਰਹੇ ਆ, ਔਰ ਬੇਸਿਕ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਉਹ ਅੱਗੇ ਗ੍ਰੈਜੂਏਸ਼ਨ ਔਰ ਮਾਸਟਰਸ ਵੱਲ ਔਰ ਜਾਂ ਔਰ ਇੰਡੀਅਨ ਆਰਮੀ ਤੋਂ ਲੈ ਕੇ ਪੰਜਾਬ ਪੁਲਿਸ ਜਾਂ ਪੰਜਾਬ ਗਵਰਨਮੈਂਟ ਦੇ ETT ਟੀਚਰਸ ਜਾਂ ਦੂਜੇ ਵੀ ਲੱਗ ਰਹੇ ਨੇ ਨਾ। ਸੋ ਬਹੁਤ ਸਭ ਦਾ ਬਹੁਤ ਬਹੁਤ ਧੰਨਵਾਦ ਹੈ, ਸੰਗਤ ਰੂਪ ਦੇ ਵਿੱਚ ਸਹਿਯੋਗ ਕਰਦੇ ਹਾਂ ਸਾਰੇ, ਹੈ ਨਾ। ਭੈਣਾਂ ਦਾ ਬਹੁਤ ਧੰਨਵਾਦ ਹੈ, ਹਰੇਕ ਸੇਵਾ ਦੇ ਵਿੱਚ ਸਾਥ ਨਿਭਾਉਂਦੀਆਂ ਨੇ, ਤੁਹਾਡੇ ਤੋਂ ਹਮੇਸ਼ਾ ਬੇਨਤੀਆਂ ਰਹਿੰਦੀਆਂ। ਜ਼ਰੂਰ ਸਕੂਲ ਸੇਵਾ ਦੇ ਵਿੱਚ ਜਦੋਂ ਇੱਕ ਬੱਚੇ ਦੀ ਐਨੂਅਲ ਫੀਸ ਸਿਰਫ 660 ਰੁਪੀਜ਼ ਯਾਨੀ 660 ਰੁਪਏ ਪੈਂਦੀ ਹੈ, ਵਿਚ ਇਜ਼ ਗੋਇੰਗ ਟੂ ਸਾਡੇ ਲਈ ਕੁਛ ਵੀ ਜ਼ਿਆਦਾ ਮੈਟਰ ਨਹੀਂ ਕਰਦੀ, ਬਟ ਇਹ ਬਹੁਤ ਜ਼ਿਆਦਾ ਕਿਸੇ ਬੱਚੇ ਨੂੰ ਪੜ੍ਹਨ ਦੇ ਵਿੱਚ ਮਦਦਗਾਰ ਹੋ ਸਕਦੀ ਹੈ ਨਾ। ਸੋ ਬਹੁਤ ਜ਼ਰੂਰੀ ਹੈ, ਪੂਰੀ ਸਕੂਲ ਡਰੈਸ ਤੋਂ ਲੈ ਕੇ ਇਹ ਬਹੁਤ ਜ਼ਰੂਰੀ ਬੇਸਿਕ ਚੀਜ਼ਾਂ ਨੇ, ਬੇਸਿਕ ਨੈਸੈਸਿਟੀਜ਼ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੁਸੀਂ ਜ਼ਰੂਰ ਆਇਆ ਕਰੋ ਸਾਡੇ ਨਾਲ ਸੇਵਾ ਦੇ ਵਿੱਚ, ਜ਼ਰੂਰ ਸਹਿਯੋਗ ਕਰਿਆ ਕਰੋ।